ਜਿਹੜੇ ਕੁਝ ਲੋਕ ਜਿਹੜੇ ਥੋੜੇ ਚੰਗੇ ਖਾਂਦੇ ਪੀਂਦੇ ਆ ਨਾ ਉਹ ਪ੍ਰੈਫਰ ਕਰਦੇ ਆ ਮਤਲਬ ਵੀ ਆਪਣੀ ਨਾ ਇਸ ਗੱਲ ਦੇ ਵਿੱਚ ਵਡਿਆਈ ਸਟੇਟਸ ਸਮਝਦੇ ਆ ਵੀ ਅਸੀਂ ਸਾਡੇ ਸਕੂਲ ਬੱਚੇ ਜਿਹੜੇ ਆ ਬੜੇ ਵੱਡੇ ਸਕੂਲ 'ਚ ਪੜ੍ਹਦੇ ਆ ਬੱਚੇ ਜੇ ਬੱਚੇ ਨਹੀਂ ਸਕੂਲ ਆਉਣਗੇ ਤੇ ਉਹ ਪੜ੍ਹਨਗੇ ਕਿੱਥੋਂ ਇੱਕ ਦਿਨ ਇੱਕ ਮੈਂ ਬੱਚੇ ਨੂੰ ਫਿਰ ਬੜਾ ਪਿਆਰ ਨਾਲ ਲਾ ਕੇ ਬਿਠਾ ਕੇ ਪੁੱਛਿਆ ਮੈਂ ਕਿਹਾ ਵੀ ਪਹਿਲਾਂ ਮੈਨੂੰ ਦੱਸ ਤੂੰ ਦੌੜਦਾ ਕਿਉਂ ਕਹਿੰਦਾ ਜੀ ਮੈਂ ਕੀ ਕਰਾਂ ਮੇਰੀ ਮਾਂ ਨੇ ਮੈਨੂੰ ਕਿਸੇ ਦੁਕਾਨ 'ਤੇ ਲਾਇਆ ਹੋਇਆ ਅਤੇ ਮੈਂ ਉੱਥੋਂ ਥੋੜ੍ਹੀ ਬਹੁਤੇ ਮੈਨੂੰ ਪੇ ਮਿਲ ਜਾਂਦੀ ਆ ਅਤੇ ਉਹਦੇ ਨਾਲ ਘਰ 'ਚ ਲੋੜਾਂ ਪੂਰੀਆਂ ਹੋ ਜਾਂਦੀਆਂ ਮੈਂ ਤਾਂ ਅਤੇ ਫਿਰ ਅਸੀਂ ਅਸਲਾਮ ਵਾਲੇਕੁਮ ਦੋਸਤੋ ਮੈਂ ਨਸਰ ਢਿੱਲੋਂ ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ ਸਾਡੇ ਕੋਲ ਇੰਡੀਆ ਤੋਂ ਸਾਡੇ ਬੜੇ ਪਿਆਰ ਵਾਲੇ ਖਾਸ ਸਾਡੇ ਮਾਂ ਜੀ ਨੇ ਦੋ ਮੈਂ ਪੁੱਛਿਆ ਇਹਨਾਂ ਕੋਲ ਪਹਿਲਾਂ ਵੀ ਤੁਸੀਂ ਕਰਦੇ ਕੀ ਉਹਨਾਂ ਵੀ ਸਕੂਲ ਟੀਚਰ ਅਤੇ ਟੀਚਰ ਦੀ ਵੈਸੇ ਹੀ ਰਿਸਪੈਕਟ ਬੜੀ ਆ ਸਾਨੂੰ ਪੜ੍ਹਾਉਂਦੇ ਆ ਸਾਨੂੰ ਜੀਣਾ ਸਿਖਾਉਂਦੇ ਆ ਸਾਨੂੰ ਦੁਨੀਆਦਾਰੀ ਸਿਖਾਉਂਦੇ ਆ ਇਲਮ ਦਿੰਦੇ ਆ ਇਲਮ ਵੰਡਦੇ ਆ ਸੋ ਇਹਨਾਂ ਨਾਲ ਵੈਸੇ ਹੀ ਇਹਨਾਂ ਦੀ ਰਿਸਪੈਕਟ ਇਹਨਾਂ ਦਾ ਪਿਆਰ ਸਾਡੇ ਲਈ ਸਾਡੇ ਕੋਲ ਬਹੁਤ ਜ਼ਿਆਦਾ ਵੈਲਕਮ ਤੁਹਾਨੂੰ ਤੇ ਪਹਿਲਾਂ ਸਾਰਿਆਂ ਜੀ ਪਾਕਿਸਤਾਨ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਵੈਲਕਮ ਨਾਂ ਕੀ ਤੁਹਾਡਾ ਜੀ ਮੇਰਾ ਨਾਂ ਹਰਜੀਤ ਕੌਰ ਤੇ ਤੁਹਾਡਾ ਜੀ ਰੁਪਿੰਦਰ ਕੌਰ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਮੈਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਤੇ ਤੁਸੀਂ ਲੱਗੇ ਨਿਸ਼ਾਰਾ ਪੰਨੂਆ ਪਿੰਡ ਆ ਤੇ ਆਪਣੇ ਜੀ ਫਿਰ ਕੇ ਆ ਤੁਹਾਡੇ ਲੱਗੇ ਹੀ ਆ ਗ੍ਰਾਈਂ ਨਹੀਂ ਨਹੀਂ ਮੈਂ ਸੀ ਅੰਮ੍ਰਿਤਸਰ ਤੋਂ ਹੀ ਆ ਨਾ ਅੱਛਾ ਹਾਂ ਤੁਹਾਡਾ ਤੇ ਆਉਂਦਾ ਰਹਿੰਦਾ ਹੋਰ ਇੱਕ ਨੂੰ ਖਿੱਚ ਪਈ ਆ ਇੱਕ ਦੂਜੇ ਦੀ ਅੱਛਾ ਇਹ ਦੱਸੋ ਅੰਮ੍ਰਿਤਸਰ ਸ਼ਹਿਰ ਆ ਕਿ ਖਾਸ ਸ਼ਹਿਰ ਪਿੰਡ ਦੇ ਵਿੱਚੋਂ ਦੇ ਪਿੰਡ ਲੱਗੇ ਨਿਸ਼ਾਰਾ ਪੰਨੂਆ ਨਸ਼ਹਿਰਾ ਪੰਨੂਆ ਅੱਛਾ ਤੁਹਾਡਾ ਵੀ ਨਹੀਂ ਮੈਂ ਅੰਮ੍ਰਿਤਸਰ ਖਾਸ ਰਹਿੰਦੀ ਹਾਂ ਖਾਸ ਅੰਮ੍ਰਿਤਸਰ ਰਹਿੰਦੀ ਹਾਂ ਅੱਛਾ ਮੈਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਵਾ ਐਜੂਕੇਸ਼ਨ ਸਿਸਟਮ ਦੀ ਜੀ ਗੱਲ ਕਰਦੇ ਮੈਨੂੰ ਥੋੜ੍ਹਾ ਬਹੁਤਾ ਪਤਾ ਵਾ ਐਜੂਕੇਸ਼ਨ ਸਿਸਟਮ ਦਾ ਕਿਉਂਕਿ ਸਕੂਲਾਂ 'ਚ ਆਪਾਂ ਜਾਂਦੇ ਰਹੀਦਾ ਵਾ ਗੱਲਬਾਤ ਟੀਚਰਸ ਨਾਲ ਹੁੰਦੀ ਆ ਇਹ ਜਿਸ ਤਰ੍ਹਾਂ ਕਿ ਗੱਲ ਕਰਦੇ ਹਾਂ ਵੀ ਸਕੂਲਾਂ ਦੇ ਵਿੱਚ ਮੈਂ ਸੁਣਿਆ ਸੀ ਵੀ ਤੁਹਾਡੇ ਇੱਥੇ ਸਕੂਲਾਂ ਦੇ ਵਿੱਚ ਦੁਪਹਿਰੇ ਲੰਗਰ ਵੀ ਬੱਚਿਆਂ ਨੂੰ ਵੀ ਖਾਣਾ ਵੀ ਦਿੱਤਾ ਜਾਂਦਾ ਪ੍ਰੋਵਾਈਡ ਕਰਦੇ ਉਹ ਗਵਰਨਮੈਂਟ ਸਕੂਲਾਂ 'ਚ ਕਰਦੇ ਆ ਕਦੋਂ ਦਾ ਸਟਾਰਟ ਕੀਤਾ ਹੈ ਇਹਨਾਂ ਭੈਣ ਜੀ ਗਵਰਨਮੈਂਟ 'ਚ ਕਰਦੇ ਮੈਂ ਪ੍ਰਾਈਵੇਟ ਕੀਤੀ ਹੈ ਇਹ ਲਗਭਗ 2010 ਤੋਂ ਸ਼ੁਰੂ ਹੋਇਆ 10-12 ਸਾਲ ਹੋ ਗਏ ਅੱਛਾ ਇਹਦੇ ਵਿੱਚ ਇਸ ਤਰ੍ਹਾਂ ਵੀ ਆ ਸਾਡੇ ਪਿਛਲੀ ਗਵਰਨਮੈਂਟ ਨੇ ਸ਼ੁਰੂ ਕੀਤਾ ਸੀ ਕਿ ਤੁਸੀਂ ਜਿਹੜੇ ਟੀਚਰਸ ਨੂੰ ਟਾਰਗੇਟ ਦਿੱਤਾ ਸੀ ਕਿ ਤੁਸੀਂ ਬੱਚੇ ਜਿਹੜੇ ਆ ਨਾ ਜਿਹੜੇ ਭੱਠਿਆਂ 'ਤੇ ਜਾਂ ਹੋਰ ਮਜ਼ਦੂਰੀ ਕਰਦੇ ਨੇ ਜਾਂ ਹੋਰ ਉਹਨਾਂ ਨੂੰ ਉਹਦਾ ਐਡਮਿਸ਼ਨ ਕਰਾਉਣਾ ਤੁਸੀਂ ਔਰ ਟਾਰਗੇਟ ਦਿੰਦੇ ਸੀ ਟਾਰਗੇਟ ਅਚੀਵ ਨਹੀਂ ਕਰ ਰਹੇ ਅਤੇ ਸ਼ੋਅ ਕਾਸ ਦਿੰਦੇ ਸੀ ਟੀਚਰਸ ਨੂੰ ਯੈਸ ਕੁਝ ਹੈ ਇੰਜ ਹੈ ਇੰਜ ਕਰਦੇ ਆ ਪਰ ਸਾਡੇ ਮਤਲਬ ਸਾਡੇ ਵੀ ਇਸ ਤਰ੍ਹਾਂ ਕਹਿੰਦੇ ਵੀ ਨਹੀਂ ਬੱਚੇ ਸਾਨੂੰ ਜਾਣਾ ਤਾਂ ਨਹੀਂ ਸੀ ਪੈਂਦਾ ਪਰ ਕਹਿੰਦੇ ਜ਼ਰੂਰ ਸੀ ਵੀ ਜਿਹੜੇ ਬੱਚੇ ਆ ਤੁਹਾਡੇ ਇੱਕ ਵਾਰਾਂ ਦਾਖਲ ਹੋ ਗਏ ਆ ਉਹ ਕਈ ਵਾਰਾਂ ਨਾ ਵਿੱਚੋਂ ਮਤਲਬ ਕਹਿ ਕਵਾ ਕੇ ਜਿਵੇਂ ਅਸੀਂ ਕੁਝ ਸਮਝਾ ਬੁਝਾ ਕੇ ਅਸੀਂ ਲਿਆਉਂਦੇ ਉਹਨਾਂ ਨੂੰ ਪਰ ਉਹ ਫਿਰ ਦੌੜ ਜਾਂਦੇ ਸੀਗੇ ਅਤੇ ਫਿਰ ਅਸੀਂ ਉਹਨਾਂ ਨੂੰ ਮਤਲਬ ਘਰ ਹੀ ਵੀ ਜਾ ਕੇ ਉਹਨਾਂ ਦੇ ਪੇਰੈਂਟਸ ਨੂੰ ਵੀ ਕਨਵਿੰਸ ਕਰੀਦਾ ਸੀ ਵੀ ਨਹੀਂ ਵੀ ਤੁਸੀਂ ਬੱਚਿਆਂ ਨੂੰ ਪੜ੍ਹਾਓ ਪਰ ਫਿਰ ਵੀ ਮਤਲਬ ਕੁਝ ਤਾਂ ਪਾਸੇ ਜਾਇਆ ਜਾਂਦਾ ਸੀ ਕਈਆਂ ਪਾਸੇ ਨਹੀਂ ਵੀ ਸੀ ਜਾਇਆ ਜਾਂਦਾ ਇੰਝ ਮਤਲਬ ਸਾਰਾ ਕੁਝ ਚੱਲਦਾ ਅੱਛਾ ਇੱਥੇ ਸਕੂਲਾਂ ਦੇ ਵਿੱਚ ਉਦੋਂ ਸਟਾਰਟ ਕੀਤਾ ਸੀ ਨਾ ਵੀ ਸਟੈਪਨ ਟਾਈਪ ਹੁੰਦਾ ਵਾ ਮੀਨਸ ਕਿ ਕੁਛ ਪੈਸੇ ਉਹ ਜਿਹੜੇ ਬੱਚੇ ਇਸ ਤਰ੍ਹਾਂ ਐਡਮਿਸ਼ਨ ਹੁੰਦਾ ਸੀ ਜਿਹੜੇ ਮਤਲਬ ਮਜ਼ਦੂਰੀ ਤੋਂ ਕੱਟ ਲਿਆਉਂਦੇ ਸਨ ਉਹਨਾਂ ਨੂੰ 2000 ਜਾਂ 1000 ਰੁਪਏ ਮੰਥਲੀ ਲਾ ਦਿੰਦੇ ਸੀ ਇੱਧਰ ਪਾਕਿਸਤਾਨ ਦੇ ਵਿੱਚ ਸੀ ਪਿਛਲੀ ਗਵਰਨਮੈਂਟ ਇਸ ਵਾਰੀ ਬੰਦ ਮੈਨੂੰ ਨਹੀਂ ਆਈਡੀਆ ਵੀ ਹੈ ਕਿ ਨਹੀਂ ਹੈ ਤੁਹਾਡੇ ਵੀ ਇਸ ਤਰ੍ਹਾਂ ਹੈ ਨਹੀਂ ਨਹੀਂ ਸਾਡੇ ਗਵਰਨਮੈਂਟ ਸਕੂਲ ਜਿਹੜੇ ਆ ਨਾ ਉਹਨਾਂ ਵਿੱਚ ਫਿਕਸ ਹੁੰਦੇ ਆ ਵੀ ਇੰਨੀ ਐਡਮਿਸ਼ਨ ਆ ਇੰਨੇ ਆਹ ਫੰਡ ਨੇ ਉਹਨਾਂ ਤੋਂ ਬਾਅਦ ਅਸੀਂ ਕੁਛ ਨਹੀਂ ਲੈ ਸਕਦੇ ਜੇਕਰ ਕੋਈ ਲਏਗਾ ਅਤੇ ਉਹਦਾ ਤੁਹਾਨੂੰ ਹਰਜਾਨਾ ਭੁਗਤਣਾ ਪਏਗਾ ਇੱਕ ਪੀਟੀਏ ਫੰਡ ਹੁੰਦਾ ਹੈ ਸਾਡੇ ਉਹ ਅਸੀਂ ਥੋੜ੍ਹਾ ਮਤਲਬ ਸਕੂਲ ਦੀ ਮਤਲਬ ਕੰਮ ਲਈ ਕੋਈ ਜਿਵੇਂ ਕੋਈ ਟੁੱਟ ਭੱਜ ਆ ਕੋਈ ਜਾਂ ਕੋਈ ਨਿੱਕੀ ਮੋਟੀ ਚੀਜ਼ ਲਿਆਉਣੀ ਆ ਅਤੇ ਕੋਈ ਰੱਖ ਰਖਾਵ ਲਈ ਉਹ ਪੀਟੀਏ ਫੰਡ ਸਾਡੇ ਲਗਾਇਆ ਜਾਂਦਾ ਉਹ ਇੱਕ ਹੈੱਡ ਦੇ ਮਤਲਬ ਮਰਜ਼ੀ ਹੁੰਦੀ ਆ ਵੀ ਆਪਣੇ ਸਕੂਲ ਦੇ ਵਿੱਚ ਕਿੰਨੀ ਕੁ ਲੋੜ ਆ ਤਾਂ ਉਹਦੇ ਮੁਤਾਬਕ ਜਾਂ ਸਾਡੇ ਮੇਰੇ ਸਕੂਲ ਦੇ ਬੱਚੇ ਜਿਹੜੇ ਕਿਹੋ ਜਿਹੇ ਆ ਕਿਹੋ ਜਿਹੇ ਘਰਾਂ 'ਚੋਂ ਆਉਂਦੇ ਆ ਅਤੇ ਉਹਦੇ ਮੁਤਾਬਕ ਫਿਰ ਉਹ ਥੋੜ੍ਹਾ ਬਹੁਤਾ ਮਤਲਬ ਵਾਧਾ ਘਾਟਾ ਕਰ ਸਕਦੇ ਆ ਅਤੇ ਵੈਸੇ ਵੱਧ ਨਹੀਂ ਲੈ ਤੁਸੀਂ ਸਰਕਾਰੀ ਟੀਚਰ ਹੋ ਤੁਸੀਂ ਪ੍ਰਾਈਵੇਟ ਮੈਂ ਪ੍ਰਾਈਵੇਟ ਕਿਹੜੇ ਸਕੂਲ ਤੋਂ ਪਬਲਿਕ ਸਕੂਲ ਅੱਛਾ ਸਾਡੇ ਇੱਥੇ ਟ੍ਰੈਂਡ ਆ ਵੈਸੇ ਤਾਂ ਸਰਕਾਰੀ ਸਕੂਲ ਜਿਹੜੇ ਨੇ ਬੜੇ ਬਿਹਤਰੀਨ ਇੱਥੇ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੀ ਗੱਲ ਕਰਦੇ ਅਤੇ ਐੱਮ ਫਿਲ ਪੀ ਐੱਚ ਡੀ ਜਿਹੜੇ ਨੇ ਸਕੂਲ ਟੀਚਰ ਲੇਕਿਨ ਪ੍ਰਾਈਵੇਟ ਸਕੂਲਾਂ ਦਾ ਰੁਝਾਨ ਬਹੁਤ ਆ
ਸਟੇਟਸ ਦਾ ਮਸਲਾ ਵੀ ਸਾਡੇ ਬੱਚੇ ਸਰਕਾਰੀ 'ਚ ਜਾਣਗੇ ਤੁਹਾਡੀ ਵੀ ਇਸ ਤਰ੍ਹਾਂ ਹੈ ਉੱਧਰ ਵੀ ਨਹੀਂ ਸਾਡੇ ਹੁਣ ਟ੍ਰੈਂਡ ਹੋ ਗਿਆ ਸਰਕਾਰੀ ਸਕੂਲਾਂ 'ਚ ਜਾਣ ਦਾ ਵੈਸੇ ਕਾਫੀ ਲੋਕ ਪਾ ਰਹੇ ਆ ਔਰ ਗਵਰਨਮੈਂਟ ਵੀ ਕਹਿ ਰਹੀ ਕਿ ਪਾਓ ਕਿ ਜਿਸ ਤਰ੍ਹਾਂ ਕਿ ਸਟਰੈਂਥ ਇੱਕਦਮ ਲੈਸ ਹੋ ਗਈ ਸੀ ਹੁਣ ਫਿਰ ਥੋੜ੍ਹਾ 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 ਹੋ ਰਿਹਾ ਅੱਛਾ ਇੱਧਰ ਤਾਂ ਉਹ ਸਟੇਟਸ ਵਾਲਾ ਮਸਲਾ ਜਿਹੜੇ ਵੱਡੇ ਪਿੰਡ ਆ ਸਾਡੇ ਵੀ ਇਸੇ ਤਰ੍ਹਾਂ ਹੀ ਆ ਜਿਹੜੇ ਕੁਝ ਲੋਕ ਜਿਹੜੇ ਥੋੜੇ ਚੰਗੇ ਖਾਂਦੇ ਪੀਂਦੇ ਆ ਨਾ ਉਹ ਪ੍ਰੈਫਰ ਕਰਦੇ ਆ ਮਤਲਬ ਵੀ ਆਪਣੀ ਨਾ ਇਸ ਗੱਲ ਦੇ ਵਿੱਚ ਵਡਿਆਈ ਸਟੇਟਸ ਸਮਝਦੇ ਆ ਵੀ ਅਸੀਂ ਸਾਡੇ ਸਕੂਲ ਬੱਚੇ ਜਿਹੜੇ ਆ ਬੜੇ ਵੱਡੇ ਸਕੂਲ 'ਚ ਪੜ੍ਹਦੇ ਆ ਸਕੂਲ ਵੀ ਇਹੋ ਜਿਹੇ ਨੇ ਵੀ ਜੀ ਇੱਥੇ ਏ ਸੀ ਰੂਮਸ ਨੇ ਏ ਸੀ ਬੱਸਿਸ ਨੇ ਸਹੂਲਤਾਂ ਨੇ ਜਿੰਨੀਆਂ ਸਹੂਲਤਾਂ ਮਤਲਬ ਵੱਧ ਤੋਂ ਵੱਧ ਜਿਵੇਂ ਨਾ ਕੋਈ ਕੰਪੀਟੀਸ਼ਨ ਹੁੰਦਾ ਇਸ ਤਰ੍ਹਾਂ ਦੇ ਸਕੂਲ ਸਾਡੇ ਬਣ ਗਏ ਆ ਅਤੇ ਪਰ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਨਾ ਉਹ ਆਉਂਦੇ ਆ ਜਿਹੜੇ ਬੱਚੇ ਮਤਲਬ ਜਿਨ੍ਹਾਂ ਬੱਚਿਆਂ ਦੇ ਪੇਰੈਂਟਸ ਨਾ ਖਰਚਾ ਨਹੀਂ ਕਰ ਸਕਦੇ ਅਤੇ ਉਹ ਆਉਂਦੇ ਆ ਫਿਰ ਸਰਕਾਰੀ ਟੀਚਰਾਂ ਲਈ ਇਹ ਵੀ ਮੁਸ਼ਕਲ ਹੁੰਦੀ ਆ ਹੁਣ ਜਿਵੇਂ ਮੈਂ ਆਪਣੇ ਸਕੂਲ ਦੀ ਦੱਸਦੀ ਹਾਂ ਵੀ ਮੇਰੇ ਸਕੂਲ ਦੇ ਵਿੱਚ ਬੱਚੇ ਜਿਹੜੇ ਸੀ ਨਾ ਸਭ ਜਿਹੜੇ ਸੀਗੇ ਉਹ ਇੱਕ ਮਜ਼ਦੂਰ ਲੋਕਾਂ ਦੇ ਹੀ ਸੀਗੇ ਅਤੇ ਉਹਨਾਂ ਨੇ ਕੀ ਕਰਨਾ ਵੀ ਅਸੀਂ ਉਹਨਾਂ ਨੂੰ ਪੜ੍ਹਾਉਣਾ ਵੀ ਖੂਬ ਸਾਡੇ ਕੋਈ ਟੀਚਰ ਮੇਰੇ ਸਟਾਫ ਦਾ ਇਹੋ ਜਿਹਾ ਨਹੀਂ ਸੀ ਵੀ ਜਿਹੜਾ ਦਿਲ ਆ ਕੇ ਨਾ ਪੜ੍ਹਾਉਂਦਾ ਹੋਵੇ ਪਰ ਉਹਨਾਂ ਨੇ ਦਿਲ ਮਤਲਬ ਨਾ ਚੋਰੀ ਜਾਨ ਬਚਾ ਕੇ ਆਪਣੀ ਨਾ ਜਾਂ ਜਿਵੇਂ ਦਾ ਲੱਗਣਾ ਉਹਨਾਂ ਨੇ ਅੱਧੀ ਛੁੱਟੀ ਨਿਕਲ ਜਾਣਾ ਜਾਂ ਉਹਨਾਂ ਨੇ ਕਿਸੇ ਪੀਰੀਅਡ ਵਿੱਚੋਂ ਜਦੋਂ ਵੇਖਣਾ ਕੋਈ ਟੀਚਰ ਨਹੀਂ ਕੋਈ ਆਸੇ ਪਾਸੇ ਆ ਨਿਕਲ ਜਾਣਾ ਫਿਰ ਉਹਦਾ ਕਾਰਨ ਪੁੱਛਿਆ ਜਾਣਾ ਬਈ ਤੂੰ ਕਿਉਂ ਭੱਜਿਆ ਸੀ ਕਿਉਂ ਦੌੜਿਆ ਸੀ ਫਿਰ ਉਹਨਾਂ ਨੇ ਇੱਕ ਦਿਨ ਇੱਕ ਮੈਂ ਬੱਚੇ ਨੂੰ ਫਿਰ ਬੜਾ ਪਿਆਰ ਨਾਲ ਲਾ ਕੇ ਬਿਠਾ ਕੇ ਪੁੱਛਿਆ ਮੈਂ ਕਿਹਾ ਵੀ ਪਹਿਲਾਂ ਮੈਨੂੰ ਦੱਸ ਤੂੰ ਦੌੜਦਾ ਕਿਉਂ ਕਹਿੰਦਾ ਜੀ ਮੈਂ ਕੀ ਕਰਾਂ ਮੇਰੀ ਮਾਂ ਨੇ ਮੈਨੂੰ ਕਿਸੇ ਦੁਕਾਨ 'ਤੇ ਲਾਇਆ ਹੋਇਆ ਅਤੇ ਮੈਂ ਉੱਥੋਂ ਥੋੜ੍ਹੀ ਬਹੁਤੇ ਮੈਨੂੰ ਪੇ ਮਿਲ ਜਾਂਦੀ ਆ ਅਤੇ ਉਹਦੇ ਨਾਲ ਘਰ 'ਚ ਲੋੜਾਂ ਪੂਰੀਆਂ ਹੋ ਜਾਂਦੀਆਂ ਮੈਂ ਤਾਂ ਜੇਕਰ ਬੱਚਾ ਸਕੂਲ ਹੀ ਨਹੀਂ ਆਏਗਾ ਤਾਂ ਉਹਨੂੰ ਕੀ ਪੜ੍ਹਾਵਾਂਗੇ ਕੀ ਇਨਵਾਇਰਮੈਂਟ ਨੇ ਉਹ ਅਤੇ ਫਿਰ ਉਹਨਾਂ ਨੇ ਜੇ ਉਹਨਾਂ ਨੂੰ ਕਹਿਣਾ ਵੀ ਤੂੰ ਲਿਖਿਆ ਨਹੀਂ ਆ ਤੂੰ ਪੜ੍ਹਿਆ ਨਹੀਂ ਆਪਣਾ ਜੋ ਹੋਮਵਰਕ ਦਿੱਤਾ ਵੀ ਉਹ ਤੂੰ ਨਹੀਂ ਕੀਤਾ ਆਪਣਾ ਮੇਰੇ ਕੋਲ ਤਾਂ ਜੀ ਰੁਚੀ ਹੈ ਨਹੀਂ ਆ ਮੇਰੇ ਕੋਈ ਕਾਪੀ ਹੈ ਨਹੀਂ ਆ ਅਤੇ ਮੈਂ ਲਿਖਾਂ ਕਿਵੇਂ ਮੈਂ ਪੜ੍ਹਾਂ ਕਿਵੇਂ ਮੇਰੇ ਬੱਚੇ ਵੀ ਵੈਸੇ ਤਾਂ ਡਿਵੀਜ਼ਨਲ ਪਬਲਿਕ ਸਕੂਲ ਹੈ ਸ਼ਾਇਦ ਸਾਡੇ ਵੀ ਹੋਣ ਉੱਧਰ ਉਹਦੇ ਵਿੱਚ ਪੜ੍ਹਦੇ ਅਤੇ ਉੱਥੇ ਏ ਸੀ ਉਸੀ ਵਾਲਾ ਕੰਮ ਨਹੀਂ ਹੈਗਾ ਮੇਰੀ ਧੀ ਜਿਹੜੀ ਹੈ ਨਾ ਹੁਣ ਚੌਥਾ ਦਿਨ ਸਕੂਲ ਗਈ ਸੀ ਚਾਰ ਸਾਲ ਉਹ ਸਵੇਰੇ ਆ ਜਾ ਉੱਠੇ ਨਾ ਮੈਂ ਉਹਨੂੰ ਉਠਾਵਾਂ ਸਕੂਲ ਜਾਣ ਦਾ ਟਾਈਮ ਹੋਇਆ ਉਹ ਆ ਕੇ ਨਹੀਂ ਗਰਮੀ ਆ ਪਾਪਾ ਉੱਥੇ ਸਕੂਲ ਗਰਮੀ ਲੱਗਦੀ ਹੈ ਘਰ ਇੰਨੀਆਂ ਸਹੂਲਤਾਂ ਬੱਚਿਆਂ ਨੂੰ ਨਾ ਘਰ ਵੀ ਅਸੀਂ ਬਹੁਤ ਸਹੂਲਤਾਂ ਦਿੱਤੀਆਂ ਹੋਈਆਂ ਯੂਜ਼ ਟੂ ਨਹੀਂ ਹੈਗੀਆਂ ਹਰ ਪਾਸੇ ਇੰਨੀਆਂ ਸਹੂਲਤਾਂ ਨਹੀਂ ਮਿਲ ਸਕਦੀਆਂ ਹਰ ਪਬਲਿਕ ਸਕੂਲ 'ਚ ਇੰਨੀਆਂ ਨਹੀਂ ਸਹੂਲਤਾਂ ਹੈਗੀਆਂ ਬਟ ਹੁਣ ਜਿਹੜੇ ਨਿਊ ਇਨਵਾਇਰਮੈਂਟ ਨਾਲ ਆ ਰਹੇ ਆ ਉਹ ਕੰਪੀਟੀਸ਼ਨ ਨਾਲ ਸਹੂਲਤਾਂ ਵੀ ਦਿੰਦੇ ਬੱਸ 'ਚ ਵੀ ਏ ਸੀ ਅਤੇ ਉਹ ਬੱਚੇ ਵੀ ਉਹੋ ਜਿਹੇ ਹੋ ਜਾਂਦੇ ਅਤੇ ਲਿਟਰੇਸੀ ਰੇਟ ਕੀ ਹੋਊ ਪੰਜਾਬ ਦਾ ਹੁਣ ਤਾਂ ਜ਼ਿਆਦਾ ਨਹੀਂ ਅੱਛਾ ਅੱਗੇ ਨਾਲੋਂ ਘੱਟ ਗਿਆ ਬਹੁਤ ਘੱਟ ਗਿਆ ਅੱਛਾ ਅਤੇ ਤੁਸੀਂ ਹੁਣ ਕਰਦੇ ਜੋਬ ਜਾਂ ਰਿਟਾਇਰ ਨਹੀਂ ਮੈਂ ਤਾਂ ਰਿਟਾਇਰ ਹੋ ਗਈ ਕਿੰਨੀ ਕਰਕੇ ਮੈਂ ਕੀਤੀ ਕੋਈ 35 ਸਾਲ ਜੋਬ ਅਤੇ ਤੁਸੀਂ ਜੀ ਮੈਂ 58 ਸਾਲ ਦੀ ਇਹ 'ਚ ਸਾਡੇ ਜਿਹੜੇ ਗਵਰਨਮੈਂਟ ਹੈ ਨਾ ਟੀਚਰ ਉਹ ਰਿਟਾਇਰ ਹੋ ਜਾਂਦੇ ਅੱਛਾ ਉਹ ਰਿਟਾਇਰ ਹੋ ਗਏ ਹਾਂਜੀ ਅੱਛਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਵਾਈਜ਼ ਜਿਹੜੇ ਸਟੂਡੈਂਟਸ ਨੇ ਜਿਵੇਂ ਸਰਕਾਰੀ ਸਕੂਲਾਂ ਦੇ ਉਹਦੇ 'ਚ ਇਹ ਨਹੀਂ ਹੈ ਵੀ ਜਿਹੜੇ ਬੱਚੇ ਪੜ੍ਹਨ ਵਾਲੇ ਹੁੰਦੇ ਉਹ ਤਾਂ ਪੜ੍ਹਦੇ ਹੀ ਨਹੀਂ ਭਾਵੇਂ ਸਰਕਾਰੀ 'ਚ ਉਹ ਤਾਂ ਪੜ੍ਹ ਹੀ ਜਾਂਦੇ ਉਹ ਤਾਂ ਗਰੂਮ ਹੋ ਹੀ ਜਾਂਦੇ ਕਿੰਨੇ ਕੁ ਤੁਹਾਡੇ ਸਟੂਡੈਂਟਸ ਨੇ ਜਿਹੜੇ ਅੱਛੀ ਪੋਸਟ ਨੇ ਇਸ ਵੇਲੇ ਹਾਂ ਨਹੀਂ ਵਿੱਚ ਚੰਗੇ ਵੀ ਹੁੰਦੇ ਨੇ ਇਹ ਮਤਲਬ ਇਹ ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਸਾਰੇ ਬੱਚੇ ਜਿਹੜੇ ਮਾੜੇ ਹੁੰਦੇ ਆ ਪਰ ਬਹੁਤੀ ਗਿਣਤੀ ਸਰਕਾਰੀ ਦੇ ਵਿੱਚ ਤੁਹਾਨੂੰ ਜਿਵੇਂ ਮੈਂ ਦੱਸਿਆ ਨਾ ਵੀ ਉਹਨਾਂ ਲੋਕਾਂ ਦੀ ਆ ਜਿਹੜੇ ਬੱਚੇ ਦੇ ਪੇਰੈਂਟਸ ਜਿਹੜੇ ਆ ਮਜ਼ਦੂਰੀ ਵਗੈਰਾ ਕਰਦੇ ਆ ਅਤੇ ਜਿਹੜੇ ਇਹੀ ਸੋਚ ਕੇ ਘੱਲਦੇ ਵੀ ਚੱਲ ਜਿੰਨਾ ਕੁ ਪੜ੍ਹ ਜਾਣਗੇ ਉਨਾ ਹੀ ਸਹੀ ਜਾਂ ਚਲੋ ਵਜ਼ੀਫਾ ਮਿਲ ਜਾਏਗਾ ਜਾਂ ਇਹ ਦੁਪਹਿਰ ਦਾ ਖਾਣਾ ਖਾ ਆਉਣਗੇ ਅਤੇ ਪਰ ਨਹੀਂ ਚੰਗੇ ਵੀ ਬੱਚੇ ਹੁੰਦੇ ਆ ਔਰ ਚੰਗੀਆਂ ਪੋਸਟਾਂ 'ਤੇ ਜਾਂਦੇ ਆ ਬੱਚੇ ਪੜ੍ਹ ਕੇ ਕਿਉਂਕਿ ਉਹ ਜਿਹੜੇ ਰੋਜ਼ ਆਉਂਦੇ ਆ ਅਤੇ ਸਾਡੇ ਟੀਚਰ ਬੜੇ ਅੱਛੇ ਆ ਕਿਉਂਕਿ ਜਿਹੜੇ ਗਵਰਨਮੈਂਟ ਟੀਚਰ ਭਰਤੀ ਕਰਦੀ ਉਹ ਤਾਂ ਮੈਰਿਟ 'ਚ ਆਏ ਹੁੰਦੇ ਆ ਅਤੇ ਹਾਂ ਜ਼ੋਰ ਪੂਰਾ ਲਾਉਂਦੇ ਆ ਉਹ ਪਰ ਜੇ ਹੁਣ ਤਾਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਵੀ ਜਿਵੇਂ ਵੀ ਬੱਚੇ ਜੇ ਬੱਚੇ ਨਹੀਂ ਸਕੂਲ ਆਉਣਗੇ ਅਤੇ ਉਹ ਪੜ੍ਹਨਗੇ ਕਿੱਥੋਂ ਇੱਕ ਹੋਰ ਗੱਲ ਵੀ ਹੁੰਦੀ ਹੈ ਨਾ ਜਿਹੜੇ ਕੁਛ ਮਾਇੰਡ ਸੈੱਟ ਇੱਦਾਂ ਦਾ
ਕਿ ਸਰਕਾਰੀ ਨੌਕਰੀ ਦਾ ਨਾਂ ਲੱਗਣਾ ਵੀ ਸਰਕਾਰੀ ਮਾਸਟਰ ਹੈ ਸਾਡੇ ਮਾਸਟਰ ਨਾ ਤੇ ਪੜਾਉਣਾ ਨਹੀਂ ਫਿਰ ਕੰਮ ਨਹੀਂ ਕਰਨਾ ਉਹਨੇ ਵਿਹਲੇ ਹੀ ਰਹਿਣਾ ਨਹੀਂ ਨਹੀਂ ਹੁਣ ਨਹੀਂ ਇਹੋ ਜਿਹੀ ਕਰਦਾ ਉਹ ਕੋਈ ਪੂਰਾ ਚੈੱਕ ਹੈ ਸੀਗਾ ਇਹੋ ਜਿਹਾ ਮਹਿਕਮੇ ਦਾ ਪੂਰਾ ਚੈੱਕ ਹੈ ਔਰ ਖੁਦ ਵੀ ਟੀਚਰਸ ਕਾਫੀ ਹਾਰਡ ਵਰਕਿੰਗ ਆ ਔਰ ਜਾਈਦਾ ਜਿਸ ਕੰਮ ਲਈ ਪੜਾ ਕੇ ਆਈਦਾ ਖੈਰ ਮੈਂ ਤੇ ਬਹੁਤ ਮਿਹਨਤ ਕੀਤੀ ਅੱਛਾ ਤੁਹਾਡੇ ਕਿੰਨੀ ਜੇ ਬੱਚਿਆਂ ਦੀ ਸਟਰੈਂਥ ਵੇਖੀ ਕਿ ਸਾਡੇ ਇੱਥੇ ਬਾਲ ਨਿਆਣੇ ਬਹੁਤੇ ਹੁੰਦੇ ਚਾਰ ਚਾਰ ਪੰਜ ਪੰਜ ਏਕੜ ਦੇ ਵੀਜ਼ਾ ਮਿਲ ਜਾਂਦਾ ਬਹੁਤ ਸ਼ੁਕਰੀਆ ਜੀ ਮਿਲਦੇ ਹਾਂ ਫਿਰ।